ਹਾਂ ਭਾਈ ਚਲ ਮਿਸਤਰੀ ਤੁਸੀਂ ਆਪਣਾ ਕੰਮ ਕਰੋ ਚਲੋ ਆਹ ਕਿਹੜਾ ਮਾੜਾ ਮਿਸਤਰੀ ਸੱਦ ਲਿਆ ਜੀ ਭਾਜੀ ਕੰਮ ਘੱਟ ਕਰਦਾ ਲੋਕਾਂ ਵੱਲ ਜ਼ਿਆਦਾ ਧਿਆਨ ਇਹਦਾ ਤੂੰ ਕੰਮ ਕਰ ਕੇ ਰੱਖ ਮੇਰੀ ਬੇਇੱਜ਼ਤੀ ਨਾ ਕਰਾਈਂ ਕੰਮ ਖਿੱਚ ਕੇ ਰੱਖ ਮੇਰੀ ਬੇਇੱਜ਼ਤੀ ਨਾ ਕਰਾਈਂ ਮਿਸਤਰੀ ਨੇ ਇੱਕ ਕੰਮ ਕੀਤਾ ਲੰਮੇ ਪਹਿਲਾਂ ਬੈਠਾ ਹੀ ਲੰਮੇ ਬਹਿ ਕੇ ਕੰਮ ਕਰਦਾ ਇਹ ਲੇਜ਼ੀ ਮਿਸਤਰੀ ਇਹ ਪੇਮੈਂਟ ਨਹੀਂ ਪੂਰੀ ਹੋਣੀ ਪੁੱਤ ਕੰਮ ਹਾਂ ਪੈਸੇ ਨਹੀਂ ਮਿਲਨੇ ਪੂਰੇ ਲੱਗੀ ਸਮਝ ਹਾਂ ਚੰਗੀ ਤਰ੍ਹਾਂ ਮਿਸਤਰੀ ਤੋਂ ਪਤਾ ਹੀ ਨਹੀਂ ਕਿਹੜਾ ਪੇਜ ਕਿੱਥੇ ਲੱਗਣਾ ਵਾ ਬਸ ਬਸ ਕਿੱਦਾਂ ਬਸ ਅੱਛਾ ਹੁਣ ਦੂਜੇ ਖੋਲੂਗਾ ਸੰਦ ਤੇ ਹਾਰ ਸਾਰੇ ਲਿਆਂਦੇ ਮਿਸਤਰੀ ਨੇ ਮਿਸਤਰੀ ਨੂੰ ਕੰਮ ਜ਼ੀਰੋ ਆਉਂਦਾ ਪਰ ਓਏ ਲੀਜ਼ੀ ਮਿਸਤਰੀ ਪੈਸੇ ਕਿੰਨੇ ਘੰਟੇ ਦੇ ਹਿਸਾਬ ਨਾਲ ਹੈ ਸੋਨੀਆ ਪੈਸੇ ਕਿੰਨੇ ਲੈਣੇ ਮੇਰੇ ਪੁੱਤ ਨੇ ਮੇਰਾ ਪੁੱਤ ਥੋੜੀ ਹੈ ਸੱਚ ਮਿਸਤਰੀ ਹੈ ਚਲ ਭੱਜ ਬੜੇ ਵਿੱਲਾ ਜਾ ਕੋ ਜਿੱਡੀ ਵੱਡੀ ਗੱਡੀ ਤੇ ਆਈਆਂ ਇਹ $500 ਬਣ ਗਿਆ ਅੱਧੇ ਘੰਟੇ ਦਾ ਮਿਸਤਰੀ ਚੜਾਈ ਤੁਹਾਡੀ ਹੈ ਗੱਡੀ ਤੁਸੀਂ ਬੜੀ ਤਗੜੀ ਰੱਖੀ ਆ ਪਰੇ ਇਹ ਐ ਹੀ ਆ ਜੀ ਮਨਸੀਪਤ ਉਹ ਗੱਡੀ ਕੀਤੀ ਆ ਉਹ ਗੱਡੀ ਕੀਤੀ ਆ ਵੱਡੀ ਟੀਟੂ ਦੀ ਅਸ਼ਾ ਤੇ ਟੀਟੂ ਵੱਡੀ ਵੱਡੀ ਗੱਡੀ ਤੇ ਆਇਆ ਵਾ ਤੇ ਟੀਟੂ ਦਾ ਕੰਮ ਦੇ ਮਿਸਤਰੀ ਆਲਾ ਟੀਟੂ ਦਾ ਪੁੱਤ ਜਿੰਨੇ ਤੁਸੀਂ ਤੇਲ ਲਾ ਕੇ ਆ ਗਏ ਉਹਨੇ ਮੈਂ ਪੈਸੇ ਤੁਹਾਨੂੰ ਦੇਣੇ ਨਹੀਂ ਹੈ ਦੋਨੋਂ ਨੂੰ ਕੰਮ ਚੰਗੀ ਤਰ੍ਹਾਂ ਕਰੋ ਦੋਨੋਂ ਜਾਣੇ ਹਾਂ ਬੱਚ ਨਹੀਂ ਕੰਮ ਕਰ ਥੱਕ ਵੀ ਗਿਆ ਮਾਰੇ ਮਿਸਤਰੀ ਇੱਥੇ ਫੜਾ ਪੇਸ਼ਕਸ ਹਾਂ ਇੱਥੇ ਪੇਸ਼ਕਸ ਫੜਾ ਤੂੰ ਇਹ ਕਿਹਦੀ ਪਾਈ ਆ ਆ ਕੇ ਨਹੀਂ ਨਿਕਰ ਪਾਈ ਹੂ ਤੂੰ ਇਹ ਕਿਹਦੀ ਪਾਈ ਆ ਸਿਰ ਨਿਕਰ ਕੇ ਦੀ ਪੁੱਤ ਸਿਰ ਨਿਕਰ ਕੇ ਦੀ ਏ ਤਾਉ ਦੀ ਲਹਿੰਗਾ ਪਾਇਆ ਕਿ ਨਿਕਰ ਪਾਈ ਤਾਉ ਨੇ ਗੁੱਟੀ ਕਾ ਦੇਣੀ ਤਾਉ ਨੇ ਕਹਿਣਾ ਮੇਰੀ ਅੰਮਾ ਕਹਿੰਦੇ ਨਿਕਰਾਂ ਚੁੱਕ ਕੇ ਪਾ ਲੈਂਦੀ ਹੈ ਸਿਫਤ ਕਿਹਦੀ ਆ ਇਹ ਨਿਕਰ ਹਾਏ ਤਾਉ ਦੀ ਤਾਉ ਦੇ ਪੈਸੇ ਹੈਗੇ ਜੇਬੀ 'ਚ ਚੈੱਕ ਕਰ ਲਾ ਚਲ ਆ ਤਾਉ ਨੂੰ ਵਿਖਾਈਏ ਤਾਉ ਉਹ ਬਾਹਰ ਖੜੇ ਕਮ ਹੇਅਰ ਤਾਉ ਨੂੰ ਵਿਖਾਓ ਆਹ ਤਾਉ ਇੱਧਰ ਆ ਜਾਓ ਇੱਧਰ ਆਓ ਸਟਾਈਲ ਦੇਖੋ ਇਹਦਾ ਜੇਬੀ 'ਚ ਹੱਥ ਪਾ ਗਈ ਉਹ ਜਨਾਬ ਨਹਾ ਧੋ ਲੈ ਇੱਧਰ ਨਹੀਂ ਆ ਤਾਉ ਉੱਧਰ ਆ ਦੇਖੋ ਤਾਉ ਹੈਗੇ ਬਾਹਰ ਸਟਾਈਲ ਤਾਂ ਵੇਖੋ ਸਟਾਈਲ ਦੇਖੋ ਇਹਦਾ ਸੱਚੀ ਕਹੋ ਇਹ ਨਾ ਕਿੱਦਾਂ ਨਹੀਂ ਚਾਹੀ ਜਾਂਦਾ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਹੋਪ ਤੁਸੀਂ ਸਾਰੇ ਜਾਣੇ ਵਧੀਆ ਠੀਕ ਠਾਕ ਹੋਗੇ ਅਸੀਂ ਵੀ ਬਹੁਤ ਗੁੱਡ ਆ ਹਾਂ ਆਪਾਂ ਤੇ ਬਹੁਤ ਜ਼ਿਆਦੇ ਅਸੀਂ ਬਹੁਤ ਖਾਸ ਕਰਕੇ ਮਨਦੀਪ ਨਹੀਂ ਮੈਂ ਵੈਸੇ ਵੀ ਬਲੈਕ ਕਾਫੀ ਪੀ ਰਹੀ ਹਾਂ ਸੋ ਮੇਰੇ ਤਾਂ એનર્ਜੀ ਕੁੱਟ ਕੁੱਟ ਕੇ ਭਰ ਗਈ ਆ ਉਦੋਂ ਮੈਂ ਬਹੁਤ ਟਾਇਰਡ ਆ ਨਾ ਅੱਖਾਂ ਤੋਂ ਸੌਰੀ ਗਾਇਸ ਮੇਰੇ ਆਈਲੈਸ਼ਸ ਮੈਂ ਐਕਚੁਅਲ ਚ ਮੈਂ ਐਕਸਟੈਂਸ਼ਨ ਕਰਾਈ ਸੀ ਮੇਰੇ ਇਨਫੈਕਸ਼ਨ ਹੋ ਗਈ ਦੈਨ ਮੈਂ ਸਾਰੇ ਉਹ ਰਿਮੂਵ ਕਰਤੇ ਤੇ ਮੇਰੇ ਵਿਚਾਰੇ ਓਰੀਜਨਲ ਵੀ ਨਿਕਲ ਗਏ ਉਹਦੇ ਚੱਕਰ ਚ ਮੈਂ ਬਹੁਤ ਜ਼ਿਆਦਾ ਟਾਇਰਡ ਆ ਫਿਰ ਵੀ ਮੈਂ ਜਿਮ ਜਾ ਰਹੀ ਹਾਂ ਫਿਰ ਆਹ ਵਿਚਾਰੇ ਬਹੁਤ ਮੈਂ ਨੇ ਧੱਕੇ ਨਾਲ ਖੜਨ ਲੱਗੇ ਮੈਂ ਖੜਨੇ ਵੀ ਤਾਂ ਲੱਗੀ ਵੀ ਗੱਡੀ ਦੇ ਚਾਰਜ ਕੀ ਭਾਜੀ ਗੱਡੀ ਦੇ ਚਾਰਜ ਕਿੱਥੇ ਆਵੇ ਡੈਵਲ ਲੈ ਕੇ ਚੱਲਾ ਮੈਂ ਭਾਬੀ ਬੀਮਰ ਨਹੀਂ ਨਹੀਂ ਮਾਂ ਮੈਂ ਬੰਦਾ ਤਿਆਰ ਕੀਤਾ ਮੈਂ ਪਤਾ ਮੈਂ ਅੱਜ ਸੋਚਿਆ ਸੀ ਮੈਂ ਨਵੀਂ ਗੱਡੀ ਤੇ ਜਿਮ ਜਾਣਾ ਮੈਂ ਕੱਲੀ ਅਜੇ ਲੈ ਕੇ ਨੀ ਜਾ ਸਕਦੀ ਏਦਾਂ ਮੈਨੂੰ ਏਦਾਂ ਨੀ ਮੈਨੂੰ ਪੂਰੀ ਡਰਾਈਵਿੰਗ ਆਉਂਦੀ ਹੈ ਬਟ ਫਿਰ ਵੀ ਮੈਨੂੰ ਥੋੜਾ ਹੈ ਕਿ ਮੈਨੂੰ ਅਜੇ ਪੂਰੀ ਜੱਜਮੈਂਟ ਨਹੀਂ ਹੈਗੀ ਗੱਡੀ ਦੀ ਦੈਨ ਇਸ ਕਰਕੇ ਮੈਂ ਆਪਣੇ ਸੋਹਣੇ ਬਾਹਰ ਤਿਆਰ ਕੀਤਾ ਨਾ ਜਿਮ ਲੈ ਕੇ ਜਾਣੂ ਤੁਸੀਂ ਜਿਮ ਲਾਇਓ ਚਾਹੇ ਨਾ ਲਾਇਓ ਸਿਰਫ ਇਸ ਕਰਕੇ ਕਿ ਮੈਂ ਗੱਡੀ ਚਲਾਣਾ ਮੈਨੂੰ ਜਾਚ ਆ ਜਾਏ ਇਸ ਤੋਂ ਬਾਅਦ ਫਿਰ ਮੈਂ ਚਲ ਫਿਰ ਤੁਸੀਂ ਜੇ ਉਹ ਤੁਹਾਡੀ ਖੁਸ਼ੀ ਹੈ ਤੁਸੀਂ ਜਿਮ ਲਾ ਲਿਓ ਬਟ ਇਹ ਸਿਰਫ ਮੇਰੇ ਨਾਲ ਇਸ ਕਰਕੇ ਜਾ ਰਿਹਾ ਕਿ ਮੈਨੂੰ ਗੱਡੀ ਦੀ ਜਾਚ ਆ ਜਾਏ ਮੇਰੇ ਹੱਥਾਂ ਤੇ ਚੜ ਜੇ ਦੈਨ ਕੱਲ ਤੋਂ ਫਿਰ ਮੈਂ ਇਹਨਾਂ ਦੇ ਤਰਲੇ ਸ਼ਰਲੇ ਨਾ ਮਾਣਾ ਮੈਂ ਜਾ ਸਕਦੀ ਹਾਂ ਜਿਮ ਤੇ ਅੱਜ ਇਹ ਸਿਰਫ ਮੇਰੀ ਹੈਲਪ ਲਈ ਜਾ ਰਿਹਾ ਦੇਖਦੇ ਆ ਇਹ ਮੇਰੇ ਕਿੰਨੇ ਕ ਬੈਸਟ ਟ੍ਰੇਨਰ ਬਣਦੇ ਆ ਗੱਡੀ ਚਲਾਉਣ ਚ ਜੇ ਤੇ ਗਾਈਜ਼ ਮੈਨੂੰ ਕੱਲ ਤੱਕ ਗੱਡੀ ਨਾ ਆਈ ਇਹਦਾ ਮਤਲਬ ਇਹਨਾਂ ਨੇ ਸਿਖਾਉਣ ਚ ਕਮੀ ਪੇਸ਼ੀ ਆ ਸਿੱਖਣ ਵਾਲੇ ਚ ਨਹੀਂ ਹੈਗੀ ਛੇਤੀ ਕਰ ਗਾ ਮਨਦੀਪ ਛੇਤੀ ਚੱਲੀਏ ਫਿਰ ਲੇਟ ਬਹੁਤ ਹੋ ਗਏ ਆ ਤਿਆਰ ਹੋ ਕੇ ਆ ਗਈ ਮੈਂ ਬਲੈਕ ਕਾਫੀ ਪੀ ਲਾਂ ਛੇਤੀ ਮੈਂ ਬਲੈਕ ਮੈਂ ਪਾਲਾ ਪਾਣੀ ਗਰਮ ਮਾ ਪਾਣੀ ਗਰਮ ਛੇਤੀ ਛੇਤੀ ਹਾਂ ਚੱਲੀਏ ਯਾਰ ਫਿਰ ਲੇਟ ਹੋ ਜਾਣਾ ਆਪਾਂ ਮੈਂ ਆਪਣੇ ਫਰੈਂਡਸ ਘਰ ਚਲ ਜਾਊਂਗਾ ਨਹੀਂ ਤੇ ਹਾਂ ਤੁਸੀਂ ਉੱਧਰ ਚਾਹ
पापी बंदे आ बाबा साडे घर च सिर्फ दो बंदे सियाने आ एक साडे देवी भाजी एक साडा सीतू पा बस दो समझदार बच्चे जेडे नहीं मेरी आदत मैं हमेशा सवेरे उठ के जपजी साहब का पाठ लाउंदी आ चलो मेरी मैनू नहीं पता मैं सुनदी पूरा नहीं सुनदी बट मैं हमेशा अपने फोन ते लाउणा ही लाउणा तुसीं दसो मैडम छेती पा छेती इना टाइम नहीं हैगा छेती 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 ओ बाबा मैं तो तस्मे में नहीं खोले छेती इना टाइम नहीं हैगा चल 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 छेती 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 ਸਾਡੀ ਸੋਹਣੀ ਸੌਰੀ ਅਜੇ ਤੁਹਾਨੂੰ ਵੇਖਣ ਚ ਨਹੀਂ ਮਿਲੂਗੀ ਸਾਡੇ ਵਲੌਗ ਚ ਬਟ ਇਹਦੇ ਡੇ ਦੇ ਕਲਿੱਪ ਹੈਗੇ ਥੋੜੇ ਜਿਹੇ ਦੇਖ ਲਓ ਉਹ ਮੈਂ ਐਡ ਕਰ ਦੂੰਗੀ ਸਾਡੀ ਮੈਂ ਕਿੰਨੀ ਮੋਟੀ ਹੋ ਗਈ ਆ ਆਈ ਗੇਨ 3 ਕੇਜੀ ਮੈਂ ਬਹੁਤ ਖਾਣੀ ਆ ਬਾਹਰੋਂ ਮੈਂ ਕੋਈ ਡਾਈਟ ਕਰਦੀ ਕੋਈ ਨਾ ਸਾਰਾ ਰੋਲ ਸਨੀ ਦਾ ਜੋ ਮੇਰਾ ਮੇਰਾ ਕਹਿੰਦਾ ਰੋਲ ਆ ਮੈਂ ਕਦੀ ਕਿਹਾ ਵੀ ਆ ਖਾ ਆ ਖਾ ਮੈਂ ਤੇ ਆਪ ਕਹਿੰਦਾ ਨਾ ਫੱਟੀ ਚੀਜ਼ਾਂ ਨਾ ਖਾਇਆ ਕਰ ਨਾ ਹੋਵੇ ਨਾ ਹੋਵੇ ਆ ਜਾ ਫਿਰ ਆਪਣੇ ਪੁੱਤਰ ਦਾ ਧਿਆਨ ਰੱਖਿਓ ਲੋ ਜੀ ਝਾਂਜਰਾਂ ਵੀ ਪੈਣ ਵਾਲੀਆਂ ਥੋੜੇ ਦਿਨਾਂ ਤੱਕ ਰਾਣੀ ਦੀਆਂ ਮੇਰਾ ਟਾਈਮ ਨਹੀਂ ਲੱਗਣ ਦਿਆ ਨਹੀਂ ਤੇ ਇਹ ਝਾਂਜਰਾਂ ਪਾ ਦੇਣੀਆਂ ਸੀ ਚੱਲ ਚੱਲ ਮੈਡਮ ਜੀ ਉਧਰਲੀ ਸਾਈਡ ਤੇ ਬੈਠੋ ਉਹ ਵੇਲਾ ਪੈਰ ਕਿੱਥੇ ਰੱਖਿਆ ਹੀ ਹੁਣ ਹਾਂ ਹੈ ਜੀ ਨਾ 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 ਸੌਰੀ 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 ਮੈਨੂੰ ਖਾਸ ਇਨਸਟਰਕਸ਼ਨ ਨਹੀਂ ਹੈ ਕਿ ਇੱਥੇ ਪੈਰ ਨਹੀਂ ਰੱਖਣਾ ਹੈ ਮੈਨੂੰ ਆ ਦੇਖ ਲੋ 4 ਘੰਟੇ ਹੋ ਗਏ ਬੰਦੇ ਨੂੰ ਜੈਕਟ ਹੀ ਨਹੀਂ ਲੱਭੀ ਕੋਈ ਯਾਰ ਆ ਜਾ ਸਣੀ ਮੀਂਹ ਵੀ ਆ ਗਿਆ ਇੰਨੇ ਨਾ ਕਿ ਪਤਾ ਨਹੀਂ ਕਿਤੇ ਇੰਨਾ ਟੌਰ ਕਿਉਂ ਵੱਟ ਕੇ ਜਾਂਦੇ ਜਿਮ ਚ ਮੈਨੂੰ ਜਿਮ ਲਾ ਲਾ ਜਾ ਮੈਂ ਤਾਂ ਨਾ ਲਾਵਾਂ ਨਾਲੇ ਵਿੱਚ ਆਪਣਾ ਸ਼ੇਕਰ ਸ਼ੁਕਰ ਬੈਗ ਚੱਕ ਲਾ ਨਹੀਂ ਤੁਸੀਂ ਰਹਿਣ ਹੀ ਦਿਓ ਕਿਉਂ ਨੋ 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 ਯਾ ਉਧਰ ਦੀ ਉਹ ਗਿੱਲਾ ਵਾ ਸਾਰਾ ਸਾਰੇ ਪੈਰ ਗੱਡੀ ਦੇ ਵਿੱਚ ਮੈਟਾਂ ਦੇ ਲਾਏਗਾ ਚਲ ਆ ਜਾ ਉਹ ਤੂੰ ਨਹੀਂ ਸਾਂਭ ਹੈਗੀ ਇਹਦੀ ਜਮਾ ਨਹੀਂ ਹੈਗੀ 4 ਘੰਟੇ ਲਾਤੇ ਸੁਣੀ ਆ ਜਾ ਯਾਰ ਤੁਹਾਡੇ ਨਾਲ ਯਾਰ ਮੈਂ ਬੰਦਾ ਮੈਂ ਤੁਹਾਡਾ ਹਿਸਾਬ ਲਾਇਆ ਤੁਹਾਡਾ ਕੁੜੀਆਂ ਤੋਂ ਵੀ ਲੰਮੀ ਤਿਆਰੀ ਆ ਮੈਂ 2 ਮਿੰਟ ਲਾਏ ਰੈਡੀ ਹੋਣ ਤੇ ਇੰਨਾ ਟਾਈਮ ਥੋੜੀ ਲਾਇਦਾ ਹੁੰਦਾ ਥੋੜਾ ਰੱਬ ਦਾ ਨਾਮ ਲੈ ਕੇ ਹੁਣ ਬਸ ਇਹਦੀ ਉਹਦੇ ਉਹ ਗੱਡੀ ਵਾਂਗੂ ਕੱਟ ਨਹੀਂ ਮਾਰਨੀ ਮੈਂ ਕੱਟ ਨਹੀਂ ਮਾਰਨੀ ਇੱਕਦਮ ਜਿੱਦਾਂ ਉਹਦੀ ਇੱਕਦਮ ਹੀ ਤੋਂ ਪੈਰਾਂ ਤੋਂ ਨਹੀਂ ਕਮਾ ਕੋਈ ਭਜਾ ਦਿੰਦੀ ਨਹੀਂ ਕੱਟ ਮਾਰ ਦੇਣੀ ਕੋਈ ਚਲਾਉਣ ਤੇ ਤਾਂ ਸਣੀ ਮੈਨੂੰ ਕੋਈ ਫਰਕ ਨਹੀਂ ਆ ਚਲਾਣਾ ਚਲਾਉਣਾ ਸੇਮ ਹੀ ਆ ਕਿਉਂਕਿ ਹੁੰਦੀ ਆ ਆਪਾਂ ਬਸ ਮੈਨੂੰ ਥੋੜਾ ਜਿਹਾ ਕਿ ਆ ਚੀਜ਼ਾਂ ਸਮਝ ਆ ਜਾਣ ਗੱਡੀ ਦੇ ਅੰਦਰਲੀਆਂ ਸਾਰੇ ਫੰਕਸ਼ਨਸ ਤੇ ਬਾਕੀ ਮੇਨ ਇਸ਼ੂ ਆ ਥੋੜੀ ਜਿਹੀ ਦੀ ਜੱਜਮੈਂਟ ਕਿ ਪਾਰਕਿੰਗ ਪੂਰਕਿੰਗ ਦਾ ਹੋ ਜੇ ਪਾਰਕਿੰਗ ਦਾ ਹਾਂ ਮੈਨੂੰ ਇਦਾਂ ਹੀ ਕਿ ਮੈਂ ਯਾਰ ਕੱਲੀ ਥੋੜੀ ਜਿਹੀ ਮੈਨੂੰ ਝਾਕਾ ਫੀਲ ਹੁੰਦਾ ਹੈਗਾ ਤੇ ਮੈਂ ਰਿਸਕ ਨਹੀਂ ਲਾਣਾ ਚਾਹੁੰਦੀ ਹਾਂ ਆ ਛੱਡੇ ਸੀਟੂ ਪੁੱਤ ਦਾ ਸ਼ਕੂਲ ਜੇ ਸੀਤੂ ਹੁੰਦਾ ਨਾ ਮੈਨੇ ਕਹਿਣਾ ਮੰਮਾ ਪਾਪਾ ਸ਼ਕੂਲ ਬਾਏ ਬਾਏ ਜਾਣਾ ਉਹ ਚ ਤੇ ਬੜੀ ਸਮੂਦ ਆ ਵਧੀਆ ਪਰ ਕੱਲ ਮੈਂ ਚਲਾਈ ਆ ਗੱਡੀ ਤੁਹਾਨੂੰ ਕਿੱਦਾਂ ਲੱਗੀ ਮੇਰੀ ਉਥੋਂ ਲੈਣੀ ਐ ਅਸੀਂ ਉਸ ਦਿਨ ਹੀ ਉੱਤੇ ਲਾਵਾਂਗੇ ਪਰ ਉਹ ਅਸੀਂ ਸਾਰਾ ਕੁਝ ਹੋ ਗਿਆ ਪੇਮੈਂਟ ਡਨ ਸਾਰਾ ਕੁਝ ਅਸੀਂ ਸੋਚਿਆ ਯਾਰ ਡਿਲੀਵਰੀ ਨਹੀਂ ਪਹੁੰਚੀ ਅਜੇ ਤੱਕ ਕਿਉਂਕਿ ਉਹ ਅਸੀਂ ਕਰਤਾ ਸੀ ਮੇਕ ਇਟ ਲੇਟ ਹਨਾ ਤੇ ਉਹਦੇ ਚੱਕਰ ਚ ਉਹਨਾਂ ਨੇ ਬਣਾਈ ਨਹੀਂ ਸੀਗੀ ਬਣਾਈ ਨਹੀਂ ਹਾਂ ਹਨਾ ਤੇ ਉਹ ਹੁਣ ਉਹਨਾਂ ਨੂੰ ਦੁਬਾਰਾ ਕਾਲ ਕੀਤੀ ਆ ਤੇ ਉਹ ਇੱਥੇ ਤੋਂ ਆਟੋ ਪਾਇਲਟ ਵੀ ਲਾ ਸਕਦੀ ਪਾਰਕਿੰਗ ਜੇ ਨਹੀਂ ਤਰ ਕੋ ਲਾ ਕੇ ਦੀ ਇੱਥੇ ਮੇਨ ਰੋਲਾ ਇੱਥੇ ਆ ਹੁਣ ਇੱਥੇ ਰਾਈਡ ਲਾ ਲਾਲੇ ਇਦਾਂ ਹੀ ਮੈਨੂੰ ਰਿਵਰਸ ਲਾਉਣ ਦੀ ਆਦਤ ਆ ਲਾ ਦੇ ਇਦਾਂ ਹੀ ਹਾਂ ਉੱਚੀ ਗੱਡੀ ਇਹਦਾ ਕੀ ਆ ਹੁਣ ਇਹਦੇ ਕਿਹੜੇ ਅੱਗੇ ਲੱਗਣ ਦੀ ਲੋੜ ਬੀਮਰ ਤੇ ਵਿਚਾਰੀ ਆਵੇ ਬੀਮਰ ਵਿਚਾਰੀ ਤਾਂ ਮੈਂ ਸਾਰੀ ਖਲਾਰਤੀ ਸੀ ਮੇਰੀ ਆਵਾਜ਼ ਯਾਰ ਮੇਰੇ ਤੁਸੀਂ ਰੈਸਟ ਕਰ ਲਓ
ਸਿਗਨਲ ਸਹੀ ਪਈ ਕਾਫੀ ਬੜਾ ਹੁੰਦੇ ਆ ਸੌਰੀ ਬਹੁ ਪਰ ਨਾ ਚੱਲ ਇੱਥੇ ਧਿਆਨ ਨਾਲ ਸ਼ੇਕਰ ਖਿੱਚਿਆ ਕਰ ਸਕਰਾਇਆ ਨਾ ਬੈਠ ਹੋਏ ਰੱਬਾ ਓਕੇ ਪੈ ਗਈ ਉਹ ਗੇਮ ਕੀ ਕੀ ਤੇ ਲਿਆਂਦੀ ਨਹੀਂ ਜਿਮ ਵਾਲੀ ਫੇਰ ਹੁਣ ਨਾ ਉਹਨਾਂ ਨੂੰ ਕਹਿ ਦੇ ਯਾਰ ਸਟਾਫ ਹੋਊਗਾ ਨਾ ਇਹ ਵੇਲੇ ਹਾਂ ਸਟਾਫ ਹੋਣਾ ਗੱਡੀ ਦੀ ਚਾਬੀ ਕਿੱਥੇ ਆ ਇੱਥੇ ਸਣੀ ਮੈਂ ਕਹਿੰਦੀ ਤੁਸੀਂ ਆਪਣੀ ਇੱਕ ਜਿਮ ਵਾਲੀ ਕੀ ਆ ਵਾਲੀ ਚਾਬੀ ਗੱਡੀ ਦੀ ਚਾਬੀ ਕਿੱਥੇ ਆ ਇੱਥੇ ਹੀ ਚਾਬੀ ਤੇ ਆਵੇ ਅੱਛਾ ਪਰ ਜਿਮ ਵਾਲੀ ਕੀ ਨਹੀਂ ਹੈਗੀ ਜਿਮ ਵਾਲੀ ਕੀ ਇਹਦੇ ਵਿੱਚ ਪਾ ਦਿੰਦਾ ਪਾ ਕੇ ਇੱਕ ਪਾ ਲਓ ਹਨਾ ਜਾਂ ਮੇਰੇ ਵਾਲੇ ਜਾਂ ਆਪਣੀ ਪਾ ਦਿਓ ਯਾਰ ਚਲ ਉਹਨਾਂ ਤੋਂ ਸਟਾਫ ਤੋਂ ਖਲਾ ਲੈਣੀ ਦੂਰ ਮੈਂ ਹਾਂ ਓਕੇ ਸਿਫਤ ਪੁੱਤ ਬਾਅਦ ਚ ਆਪਣੀ ਸੀਟ ਤੇ ਚੱਲ ਜਾਣਾ ਓਕੇ ਮੰਮਾ ਆਉਣ ਵਾਲੇ ਆ ਸਿਫਤ ਕੀ ਹੋਇਆ ਪੁੱਤ ਰੋਣਾ ਕਿਉਂ ਹਾਂ ਜਾ ਨਾ ਉਹ ਮੰਮਾ ਆ ਗਈ ਚੱਲ ਹੁਣ ਆਪਣੀ ਸੀਟ ਤੇ ਪੁੱਤ ਰੋਈ ਜਾਂਦਾ ਮੰਮਾ ਨੂੰ ਵੀ ਜਿਮ ਛਡਾਇਆ ਸੀ ਨਾ ਚੱਲ ਮੈਂ ਸੇਵ ਦਾ ਆਪਣੀ ਸੀਟ ਤੇ ਪੁੱਤ ਹਾਂ ਪੁੱਤ ਰੋਈ ਨਾ ਜਾਣ ਆਪਣੀ ਸੀਟ ਤੇ ਚੱਲ ਜਾ ਸੰਦੀਪ ਤਾਂ ਕੀ ਬੰਦ ਕਰ ਦੇ ਯੇ ਪੁੱਤ ਜਾਨ ਜਾਨ ਕੀ ਜਾਨ ਉੱਠ ਕੇ ਨਾ ਹਾਂ ਰੋਣ ਲਾਪੀ ਚੀਕਾਂ ਦੇ ਚੀਕਾਂ ਛੱਡਣ ਦੀ ਮੈਂ ਤਾਂ ਇੱਥੇ ਬੈਠਾ ਰਦੇਵ ਦਾ ਫੋਨ ਆਇਆ ਹਰਪਾਲ ਦਾ ਕਹਿੰਦਾ ਰੋਈ ਜਾਣ ਦੀ ਫੇਰ ਘਰੇ ਗਿਆ ਮੈਂ ਅੱਛਾ ਜਾਨ ਯੇ ਪਪਾ ਮਮਾ ਪਪਾ ਜਿਮ ਹੀ ਆਏ ਜੀਗੇ ਫੇਰ ਜਾਨ ਮਮਾ ਸੀ ਜਿਮ ਪਾਪਾ ਗੱਡੀ ਚ ਸ਼ੋਨ ਆਏ ਸੀ ਨਾ ਤੂੰ ਕਿਉਂ ਨਹੀਂ ਛੱਡਤਾ ਉੱਚੀ ਉੱਚੀ ਮੰਮਾ ਤੇਰਾ ਫੋਨ ਦੇਖ ਲਿਆ ਉੱਥੇ ਮੰਮਾ ਮੈਂ ਹਾਂ ਪੁੱਤ ਮੰਮਾ ਪੁੱਤ ਮੰਮਾ ਦੇ ਇਹਨਾ ਮੰਮਾ ਦਾ ਢਿੱਡ ਨਿਕਲ ਗਿਆ ਪੁੱਤ ਮੰਮਾ ਮਹਾ ਜੀ ਮਾਈ ਸੀ ਲਾਉਣ ਤੂੰ ਕਿਉਂ ਉੱਠ ਗਿਆ ਜੀ ਪੁੱਪੂ ਕੀ ਹੈ ਠੀਕ ਜੀ ਸਿੱਕ ਹੁੰਦਾ ਮੈਨੂੰ ਲੱਗਦਾ ਮਨ ਸਿਫਤ ਕੀ ਹੈ ਮੈਂ ਪੁੱਤ ਚੱਲ ਜਾਣ ਆਪਣੀ ਹੁਣ ਸੀਟ ਤੇ ਆਪਣੀ ਸੀਟ ਤੇ ਬੈ ਜਾ ਹੈ ਕਿਉਂ ਹੈ ਸ਼ੂਸ਼ ਮੈਂ ਹਾਂ ਸੋਨੇ ਚੱਲ ਰਹੀ ਹੈ ਨਿੰਗ ਕਰੀਏ ਨਾ ਕਿਉਂ ਨਹੀਂ ਜੇ ਮੈਂ ਜਿਹੜਾ ਲੱਗ ਤੇ ਪਹਿਲਾਂ ਹੈਲੋ ਕਰੋ ਫਿਰ ਮੈਂ ਕੱਢਦਾ ਲੈ ਮੈਂ ਕੱਢ ਦਿੰਦੀ ਤੁਸੀਂ ਹੈਲੋ ਕਰ ਦੋ ਤੇ ਸਿਫਤ ਤੈਨੂੰ ਮੰਮਾ ਦੀ ਗੱਲਾਂ ਜ਼ਿਆਦਾ ਜ਼ਰੂਰੀ ਹੈ ਕਿ ਆਹ ਵਾਲਾ ਪੇਪਰ ਜ਼ਿਆਦਾ ਜ਼ਰੂਰੀ ਹੁਣ ਸਿਫਤ ਦਾ ਪੇਪਰ ਤੇ ਫਿਰ ਪੇਪਰ ਜ਼ਿਆਦਾ ਜ਼ਰੂਰੀ ਫਿਰ ਪੇਪਰ ਨੂੰ ਜੱਫੀ ਪਾ ਕੇ ਸੌ ਜਾਂਦਾ ਫਿਰ ਮੰਮਾ ਕਦ ਤੋਂ ਬੁਲਾਈ ਕਰੇ ਆਹੋ ਫੋਨ ਫੋਨ ਹਾਂ ਇਹ ਪਾਪਾ ਦਾ ਵਾ ਮੰਮਾ ਦਾ ਨਹੀਂ ਹੈ ਪਾਪਾ ਦਾ ਵਾ ਮੰਮਾ ਚਿੱਚੂ ਫੋਨ ਕਰ ਰਿਹਾ ਪਾਪਾ ਨੇ ਮੰਮਾ ਦਾ ਮਾਈ ਫੋਨ ਪਾਪਾ ਤੂੰ ਕਿੱਥੇ ਪਰਦਾ ਆ ਗਿਆ ਉਹ ਕਿੱਥੇ ਸਾਰ ਜੀ ਕਹਿੰਦਾ ਮਾਈ ਫੋਨ ਕਿੱਥੇ ਇੱਧਰ ਇਹ ਮੰਮਾ ਹਾਏ ਨਹੀਂ ਵੀ ਮੰਮਾ ਮੰਮਾ ਦੇ ਲੱਗੇ ਚਾਹੀਦੇ ਮੇਰਾ ਪੁੱਤ ਪਿਆਰ ਹੀ ਬੜਾ ਕਰਦਾ ਮੈਨੂੰ ਕਰਦਾ ਵੈਸੇ ਤੇ ਪਹਿਲਾਂ ਮਿੱਠੀ ਗਾ ਪਾਪਾ ਦੇ ਯਾਰ ਇਹਨੇ ਸੌਣਾ ਕਦੋਂ ਜਾਣੇ ਮੈਨੂੰ ਇਹਦੇ ਕੋਈ ਲੱਛਣ ਨਹੀਂ ਲੱਗਦੇ ਤੂੰ ਮਿੱਠੀਆਂ ਕਰਾਈ ਜਾਓ ਮੈਂ ਕੀ ਕਹਿੰਦੀ ਆ ਪਾਪਾ ਨੇ ਮਿੱਠੀ ਗਾ ਫਿਰ ਛੇਤੀ ਸੁਣਦੇ ਦੋਵੇਂ ਜਾਣੇ ਮੇਰੀ ਪਾਪਾ ਨੇ ਮਿੱਠੀ ਗਾ ਫਿਰ ਛੇਤੀ ਦੇ ਭਾਜੀ ਮਿੱਠੀ ਗਾ ਦੇ ਓਏ ਗੱਡੀ ਦੀ ਚਾਬੀ ਕਿੱਥੇ ਆ ਓਏ ਉਹ ਟੇਬਲ ਤੇ ਪਈ ਆ ਸਰ ਇੱਧਰੇ ਇੱਧਰੇ ਪਾਪਾ ਨੇ ਮਿੱਠੀ ਗਾ ਦੇ ਆ ਪਾਪਾ ਨਾਲ ਛੋੜਾ ਤੇ ਮੰਮਾ ਨਾਲ ਮੰਮਾ ਨੇ ਛੋੜਾ ਪਾਪਾ ਨਾਲ ਮੰਮਾ ਨਾਲ ਇਹਨੂੰ ਖੜ ਜਾ ਓਏ ਬ੍ਰੰਟੇ ਆ ਯਾ ਮੰਮਾ ਚੋਣਾ ਪੁੱਟ ਕੇ ਦਾ ਪਾਪਾ ਨੇ ਤੇ ਮੰਮਾ ਦਾ ਠੀਤੂ ਸੋਹਣਾ ਪੁੱਤ ਤੇ ਸੰਸੀਰ ਤਾਂ ਸੋਹਣਾ ਕੌਣ ਆ ਪਾਪਾ ਕੇ ਮੰਮਾ ਐਡੀ ਘੁੱਗੀ ਜੀ ਆ ਨਾ ਸਿੱਧੂ ਸੋਹਣਾ ਕੌਣ ਪਾਪਾ ਤੇ ਮੰਮਾ ਵੇਲਾ ਨੂੰ ਸਾਰਾ ਪਤਾ ਪਾਪਾ ਸੋਹਣਾ ਹੀ ਉਹ ਨਹੀਂ ਮੰਮਾ ਸੋਹਣੇ ਆ ਮਾਈ ਪੁੱਤ ਪ੍ਰਧਾਨ ਬਣ ਜਾ ਉਹਨੂੰ ਫਲਾਤ ਲੈਣ ਦੇ ਪਹਿਲੇ ਮਾਈ ਮਾਈ ਬਾਅਦ ਚ ਕਰੇ ਅਥੂ ਹਾਂ ਮੈਡਮ ਮੈਂ ਕਿ ਜਿਮ ਤੇ ਲਾਇਆ ਖਾਤ ਲਈ ਕੀ ਆ ਅੰਡਾ ਭੁਰਜੀ ਵਧੀਆ ਬਣੀ ਬਹੁਤ ਟੇਸਟੀ ਸਵਾਦ ਬਣੀ ਨਾ ਹਾਂ ਵੈਰੀ ਨਾਈਸ ਟੇਸਟੀ ਬਣੀ ਇਹ ਵਧੀਆ ਸ਼ੈਫ ਹੋ ਗਈ ਮੈਂ ਹੈ ਮਾਣ ਮੈਨੂੰ ਆਪਣੇ ਆਪ ਬਹੁਤ ਜ਼ਿਆਦਾ ਤੁਸੀਂ ਟੱਕ ਦੇ ਹਾਂ ਖਾਣ ਨੂੰ ਮੈਡਮ ਸੱਚੀ ਮੋਟੀ ਹੋ ਗਈ
ਸੁੱਤਾ ਨੀ ਅਜੇ ਤੱਕ ਤੈਨੂੰ ਪਈ ਹੈ ਟਿਫਨ ਤੂੰ ਪੈਕ ਕਰਨ ਦੀ ਮੰਦੀ ਮੈਂ ਟਿਫਨ ਵੀ ਪੈਕ ਕਰੀ ਜਾਂਦੀ ਮੈਂ ਖਾਈ ਵੀ ਜਾਂਦੀ ਆਦਤ ਹੁੰਦੀ ਆ ਨਾ ਕਈਆਂ ਨੂੰ ਗੰਦੀ ਆਦਤ ਆ ਦੇਖੀ ਮੇਰੀ ਆਦਤ ਕੀ ਜੇ ਮੈਂ ਰੋਟੀ ਦੇਣ ਵੀ ਜਾਂਦੀ ਆ ਜਦੋਂ ਮੈਂ ਵਿੱਚ ਚਮਚਾ ਮਾਰਦੀ ਆ ਕੁੱਕਰ ਦੀ ਸਟੋਰੀ ਹੁੰਦੀ ਸੀ ਜਿਦਾਂ ਰੋਟੀ ਸਬਜ਼ੀ ਬਣ ਜਾਣੀ ਤੇ ਜਿਹੜੇ ਬੰਦੇ ਨੇ ਲਾਸਟ ਤੇ ਖਾਣਾ ਜਿਹਨੇ ਸਬਜ਼ੀ ਖਤਮ ਕੀਤੀ ਉਹਨੇ ਕੁੱਕਰ ਧੋਣਾ ਪਤਾ ਕੀ ਕਰਦੇ ਹੁੰਦੇ ਸੀ ਜਿਹੜਾ ਬੰਦਾ ਲਾਸਟ ਤੇ ਵੀ ਖਾਣ ਵਾਲਾ ਹੁੰਦਾ ਸੀ ਨਾ ਉਹ ਵੀ ਇੰਨੀ ਕੁ ਸਬਜ਼ੀ ਛੱਡ ਦਿੰਦਾ ਭਾਵੇਂ ਇੱਕ ਚਮਚਾ ਹੀ ਹੋਵੇ ਖਾਲੀ ਹੋ ਗਿਆ ਤੇ ਕੁੱਕਰ ਧੋਣਾ ਪੈਣਾ ਬੜੀ ਕੰਮ ਚੋਰ ਜਨਤਾ ਮੈਂ ਆਉਂਦੀ ਹਾਂ ਪਤਾ ਨੀ ਪਰ ਮੈਨੂੰ ਨੀ ਹੁੰਦਾ ਇੱਦਾਂ ਕੁਛ ਕੀ ਕਰਨ ਦਿਆ ਵਾ